ਵਾਹ ਜੀ ਵਾਹ ਕੀ ਬਾਤ ਸਵੀਮਿੰਗ ਪੂਲ ਬਣ ਗਿਆ ਯਾਰ ਮੈਂ ਕਹਿੰਦਾ ਸਾਰੀ ਗਰਮੀਆਂ ਅਸੀਂ ਹੁਣ ਨਜ਼ਾਰੇ ਲਵਾਂਗੇ ਤੁਸੀਂ ਵੀ ਲੈ ਸਕਦੇ ਹੋ ਨਾ ਤੁਹਾਨੂੰ ਕਿਤੇ ਨਹਿਰ ਤੇ ਜਾਣ ਦੀ ਲੋੜ ਨਾ ਬੱਚਿਆਂ ਨੂੰ ਨਹਿਰ ਤੇ ਭੇਜਣ ਦੀ ਲੋੜ ਨਾ ਸਵੀਮਿੰਗ ਪੂਲ ਦੀ ਕਿਸੇ ਦੀ ਟਿਕਟ ਦੇਣ ਦੀ ਲੋੜ ਜਦੋਂ ਮਰਜ਼ੀ ਨਾ ਉਹ ਸਵੇਰੇ ਦੁਪਹਿਰੇ ਸ਼ਾਮ ਰਾਤ ਨੂੰ ਆਪਾਂ ਨੂੰ ਚਾਹੀਦਾ ਕੀ ਹੈ ਮੰਜੇ ਚਾਹੀਦੇ ਨੇ ਜੀ ਮੰਜੇ ਹਰੇਕ ਦੇ ਘਰੇ ਪਏ ਹੁੰਦੇ ਨੇ ਚਾਰ ਆਪਾਂ ਨੂੰ ਮੰਜੇ ਚਾਹੀਦੇ ਨੇ ਤੇ ਇਸ ਤਰੀਕੇ ਨਾਲ ਲਾਉਣੇ ਨੇ ਜਿਵੇਂ ਅਸੀਂ ਲਾ ਰਹੇ ਹਾਂ ਜਿਵੇਂ ਬਣਾ ਰਹੇ ਹਾਂ ਓਮੀ ਬਣਾ ਲਿਓ ਔਰਤਾਂ ਲਾਉਣ ਬੱਚੇ ਨਾ ਹੋਣ ਬੁੱਢੇ ਨਾ ਹੋਣ ਬਜ਼ੁਰਗ ਨਾ ਹੋਣ ਮੁੰਡੇ ਨਾ ਹੋ ਤਾਂ ਤੁਸੀਂ ਉੱਪਰਲੇ ਪਾਸੇ ਬਣਾ ਲਓ ਛੱਤ ਤੇ ਕੋਈ ਚੱਕਰ ਨਹੀਂ ਇਸ ਤਰੀਕੇ ਨਾਲ ਚਾਰ ਮੰਜੇ ਲੋਹੇ ਦੇ ਹੋਣ ਲੱਕੜ ਦੇ ਹੋਣ ਇਸ ਤਰੀਕੇ ਨਾਲ ਤੁਸੀਂ ਜੋੜ ਲੈਣੇ ਨੇ ਉਸ ਤੋਂ ਬਾਅਦ ਆਪਾਂ ਨੂੰ ਰਸਤੀਆਂ ਚਾਹੀਦੀਆਂ ਨੇ ਵਧੀਆ ਪੱਕੀਆਂ ਪੱਕੀਆਂ ਰਸਤੀਆਂ ਨਾਲ ਸਭ ਤੋਂ ਪਹਿਲਾਂ ਤੋਂ ਉੱਪਰਲੇ ਪਾਸੇ ਜਿਹੜੇ ਪਾਵੇ ਹੁੰਦੇ ਨੇ ਮੰਜੇ ਦੇ ਉਹਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਬੰਨ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਆਹ ਲਓ ਜੀ ਇਹ ਠਾਂ ਤੋਂ ਉੱਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਬੰਨ ਲੈਣਾ ਬੇਸ਼ੱਕ সুইমিਂਗ ਪੂਲ ਤੁਸੀਂ ਘਰ ਦੇ ਅੰਦਰ ਬਣਾ ਲਓ ਯਾਰ ਤਾਂ ਵੀ ਕੋਈ ਚੱਕਰ ਨਹੀਂ ਛੋਟੇ ਬੱਚਿਆਂ ਵਾਸਤੇ ਤੁਸੀਂ ਛੋਟਾ ਸਾਈਜ਼ ਵਰਤ ਸਕਦੇ ਹੋ ਜਿਵੇਂ ਆਪਣੇ ਛੋਟੇ-ਛੋਟੇ ਮੰਜੇ ਜਾਦੇ ਬਣ ਕੇ ਬਿਲਕੁਲ ਕੰਪਲੀਟ ਹੋ ਗਈਆਂ ਜੀ ਇਸ ਤਰੀਕੇ ਨਾਲ ਤੁਸੀਂ ਰस्सियां ਬੰਨਣੇ ਨੇ ਐਵੇਂ ਤੁਸੀਂ ਮੰਜੇ ਜੋੜਨੇ ਨੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਤਰਪਾਲ ਚਾਹੀਦੀ ਹੈ ਕਾਲਾ ਕਾਗਜ਼ ਹੁੰਦਾ ਜੀ ਜਿਹੜਾ ਉਹ ਜੇ ਤੁਹਾਡੇ ਘਰੇ ਕੋਈ ਪੁਰਾਣੀ ਤਰਪਾਲ ਪਈ ਹੈ ਜਿਹਦੀ ਤੇ ਕੋਈ ਹੋਲ ਨਾ ਹੋਵੇ ਕੋਈ ਸਰਾਖ ਨਾ ਹੋਵੇ ਉਹ ਵਰਤ ਲਓ ਨਹੀਂ ਤੁਸੀਂ 100 150 ਰੁਪਏ ਦੀ ਦੁਕਾਨ ਤੋਂ ਲੈ ਆਓ ਠੀਕ ਹੈ ਪਰ ਆਪਣੇ ਜੱਟ ਜ਼ਿਮੀਦਾਰਾਂ ਦੇ ਘਰੇ ਕਿਸਾਨਾਂ ਦੇ ਘਰੇ ਮਜ਼ਦੂਰਾਂ ਦੇ ਘਰੇ ਹਰੇਕ ਦੇ ਘਰੇ ਤਰਪਾਲਾਂ ਪੁਰਾਣੇ ਕਾਗਜ਼ ਪਈ ਹੁੰਦੇ ਨੇ ਜੀ ਕਿਤੇ ਨਾ ਕਿਤੇ ਆਪਾਂ ਨੂੰ ਇਹ ਕੰਮ ਆਉਂਦੇ ਨੇ ਤੁਸੀਂ ਜਿੱਦਾਂ ਵੀ ਬਣਾਉਣਾ ਉੱਡਾ ਕਾਗਜ਼ ਲੈ ਲਿਓ ਇਹ ਇੱਕ ਤੁਹਾ ਕਰ ਲਓ ਆ ਜਿਹੜਾ ਆਪਣਾ ਕਾਗਜ਼ ਸੀ ਚੰਗੀ ਤਰ੍ਹਾਂ ਆਪਾਂ ਨੇ ਧੋ ਕੇ ਸਾਫ਼ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਨੇ ਪਾ ਲੈਣਾ ਜਿਵੇਂ ਆਪਾਂ ਪਾ ਰਹੇ ਹਾਂ ਜੀ ਆਹ ਲਓ ਜੀ ਇਸ ਤੋਂ ਬਾਅਦ ਇਹਦੀ ਅਗਲੀ ਵਿਧੀ ਸਾਰੀ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਨਾ ਆ ਕੇ ਬਹਿ ਕੇ ਨਜ਼ਾਰੇ ਲੈ ਕੇ ਵੀ ਇਹ ਚ ਦਿਖਾਵਾਂਗੇ ਤੁਸੀਂ ਵੀ ਆਪਦੇ ਘਰੇ ਲੈ ਸਕਦੇ ਹੋ ਨਜ਼ਾਰੇ ਇਸ ਤੋਂ ਬਾਅਦ ਇਹਦੇ ਵਿੱਚ ਜਾਣਾ ਤੁਸੀਂ ਨੇ ਵਿੱਚ ਜਾ ਕੇ ਇਹਦੀਆਂ ਕੰਨੀਆਂ ਤੁਸੀਂ ਚੰਗੀ ਤਰ੍ਹਾਂ ਫੋਲਡ ਕਰ ਲੈਣੀਆਂ ਨੇ ਤਾਂ ਕਿ ਕੋਈ ਚੀਜ਼ ਹੈ ਜਿਹੜੀ ਉਹ ਵੀ ਥੱਲੇ ਨਾ ਹੋਵੇ ਤੇ ਕੋਈ ਇਹ ਚ ਐਸਾ ਬੜਲ ਨਾ ਪਵੇ ਵੀ ਜਿਹੜਾ ਸਾਰੇ ਪਾਣੀ ਨੂੰ ਇਕੱਠਾ ਕਰ ਲੇ ਆਪਾਂ ਨੇ ਜੀ ਪਾਣੀ ਛੱਡਤਾ ਉੱਪਰਲੀ ਡੱਗੀ ਵੀ ਆਪਾਂ ਨੇ ਅੱਜ ਸਵੇਰੀ ਭਰੀ ਸੀ ਇਦੇ ਨਾਲ ਆਪਾਂ ਭਰਾਂਗੇ ਹੁਣ ਆਪਾਂ ਦੋ ਵੈਪਾਂ ਨਾਲ ਪਾਣੀ ਭਰ ਰਹੇ ਆ ਸਾਡੇ ਆ ਪੁਰਾਣੇ ਬਜ਼ੁਰਗ ਕਹਿੰਦੇ ਯਾਰ ਤੁਸੀਂ ਐ ਆ ਤਰੀਕੇ ਨਾਲ ਕਰ ਲਓ ਤਿਆਰ ਅਸੀਂ ਪਹਿਲਾਂ ਬਥੇਰੇ ਕਹਿੰਦੇ ਮੱਥਾ ਮਾਰਿਆ ਬਥੇਰਾ ਪਹਿਲਾਂ ਨਹਾਇਆ ਕਰਦੇ ਸੀ ਪਹਿਲਾਂ ਕਿਹੜੇ ਸਵੀਮਿੰਗ ਪੂਲ ਹੁੰਦੇ ਸੀ ਠੀਕ ਹੈ ਲਓ ਜੀ ਹੁਣ ਜਾਣਦੇ ਆ ਜੀ ਆਪਾਂ ਅੰਦਰ ਤੇ ਨਹਾਉਣ ਵਾਸਤੇ ਸਵਾਦ ਲੈਣ ਵਾਸਤੇ ਕਿਉਂਕਿ ਸਵੀਮਿੰਗ ਪੂਲ ਤਿਆਰ ਹੋ ਕੇ ਆਪਣਾ ਪਾਣੀ ਦਾ ਭਰ ਗਿਆ ਤੁਸੀਂ ਵੀ ਆਪਦੇ ਬੱਚਿਆਂ ਨੂੰ ਨਜ਼ਾਰੇ ਦਿਵਾਓ ਗਰਮੀਆਂ ਦੀਆਂ ਛੁੱਟੀਆਂ 'ਚ ਸਾਰੀਆਂ ਗਰਮੀਆਂ ਬੱਚੇ ਸਕੂਲੋਂ ਆਉਣ ਆਰਾਮ ਨਾਲ ਆਪਦਾ ਸਵੀਮਿੰਗ ਪੂਲ 'ਚ ਨਹਾ ਲੈਣ ਨਾ ਟੋਬੇ ਤੇ ਜਾਣ ਦੀ ਜ਼ਿੱ ਤੁਸੀਂ ਆਰਾਮ ਨਾਲ 4 ਜਣੇ ਨਹਾ ਸਕਦੇ ਹੋ ਠੀਕ ਹੈ 5 ਨਾਲ ਉਹ 4 ਨਾਲ 4-5 ਜਣੇ ਯਾਰ ਫੈਮਿਲੀ ਦੇ ਆਰਾਮ ਨਾਲ ਇਹਦੇ ਚ ਨਹਾ ਸਕਦੇ ਨੇ ਮੰਜਾ ਨੂੰ ਦੇਖ ਲਓ ਕੁਝ ਨਹੀਂ ਹੋਇਆ ਕਿਸੇ ਪਾਸੋਂ ਲਓ ਜੀ ਆਹ ਲਓ ਨਜ਼ਾਰੇ ਨੇ ਮੈਂ ਕਹਿੰਦਾ ਯਾਰ ਆਰਾਮ ਨਾਲ ਵਿੱਚ ਪਏ ਰਹੋ ਬਹਿ ਜਾਓ ਤੁਸੀਂ ਕਿਵੇਂ ਮਰਜ਼ੀ ਨਜ਼ਾਰੇ ਲਈ ਜਾਓ ਇਹ ਚ ਤੇ ਨਾ ਪਾਣੀ ਨੂੰ ਕੁਝ ਹੁੰਦਾ ਹੈਗਾ ਪਾਣੀ ਰਾਤ-ਰਾਤ ਚ ਠੰਡਾ ਹੋ ਜਾਂਦਾ ਤੜਕੀ ਨੂੰ ਜਦੋਂ ਬਦਲ ਲੈ ਇਹ ਪਾਣੀ ਨੂੰ ਤੁਸੀਂ ਵਰਤ ਲੋ ਘਰੇ ਆਪਣੀ ਸਬਜ਼ੀ ਸਬਜ਼ੀਆਂ ਚ ਪਾਉਣ ਵਾਸਤੇ ਆਰਾਮ ਨਾਲੇ ਜੇ ਬਹਿ ਕੇ ਕੁਝ ਮਰਜ਼ੀ ਕਰੀ ਜਾਓ ਤੁਸੀਂ ਨਜ਼ਾਰੇ ਲਓਗੇ ਪੂਰੇ ਗਰਮੀ-ਗਰਮੀ ਆਪਾਂ ਖਾਣੇ ਆ ਫਲ ਬਹਿ ਕੇ ਜੇ ਤੁਹਾਨੂੰ ਆਹ ਦੇਸੀ ਜਿਗਾ ਚੰਗਾ ਲੱਗਿਆ ਇਹ সুইমিং ਪੂਲ ਵੀਡੀਓ ਸ਼ੇਅਰ ਕਰ ਦਿਓ ਤੇ ਆਪਦੇ ਘਰੇ ਤਿਆਰ ਕਰ ਲਿਓ 100% ਕਾਮਯਾਬ ਚੀਜ਼ ਹੈ ਜੀ ਇਹ